ਅਤੇ ਦੇਖੋ ਅੱਜ ਅਮਰਿਤਪਾਲ ਸਿੰਘ ਲਈ ਤੇ ਪੂਰੇ ਪਰਿਵਾਰ ਤੇ ਲਈ ਇੱਕ ਬੇਹਦ ਵੱਡਾ ਦਿਨ ਹੈ ਕਿਉਂਕਿ ਪਿਛਲੇ ਅਗਰ 1 ਸਾਲ ਦੀ ਗੱਲ ਕੀਤੀ ਜਾਵੇ ਕਈ ਸਾਰੀ ਕੰਟਰੋਵਰਸੀ ਜੁੜੀਆਂ ਐਨਐਸਏ ਅਮਰਿਤਪਾਲ ਸਿੰਘ ਦੇ ਉੱਤੇ ਲੱਗੀ ਔਰ ਡਿਬਰੂਗੜ ਜੇਲ੍ਹ ਭੇਜ ਦਿੱਤਾ ਗਿਆ ਲੇਕਿਨ ਡਿਬਰੂਗੜ ਜੇਲ੍ਹ ਚ ਰਹਿੰਦਿਆਂ ਹੀ ਜਦੋਂ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ ਤਾਂ ਉਦੋਂ ਹਰ ਕੋਈ ਹੈਰਾਨ ਸੀ ਕਿ ਇਲੈਕਸ਼ਨ ਕਿਵੇਂ ਲੜਿਆ ਜਾਏਗਾ ਔਰ ਕੀ ਜੇ ਸਕਨ ਕੇ ਸ਼੍ਰੀ ਖਡੂਰ ਸਾਹਿਬ ਤੋਂ ਤਾਂ 2 ਲੱਖ ਪੰਜਾਬ ਸਭ ਤੋਂ ਵੱਡੇ ਮਾਰਜਨ ਤੋਂ ਅਮਰਿਤਪਾਲ ਸਿੰਘ ਜਿੱਤੇ ਔਰ ਅੱਜ ਜਦੋਂ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਸਪੀਕਰ ਤੇ ਦਫ਼ਤਰ ਚ oath ਲਈਤੀ ਜਾਣੀ ਹੈ ਤਾਂ ਪਰਿਵਾਰ ਦੇ ਵਿੱਚ ਬੇहद ਖੁਸ਼ੀ ਹੈ ਪਰਿਵਾਰ ਕਾਫੀ ਜ਼ਿਆਦਾ ਇਹ ਕਹਿ ਰਿਹਾ ਹੈ ਕਿ ਹੂੰ ਅਮਰਿਤਪਾਲ ਸਿੰਘ ਕੌਮ ਦੇ ਲਈ ਕੰਮ ਕਰਨਗੇ ਮੇਰੇ ਨਾਲ ਅਮਰਿਤਪਾਲ ਸਿੰਘ ਦੇ ਪਿਤਾ ਮੌਜੂਦ ਨਹੀਂ ਉਹਨਾਂ ਨਾਲ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਤੇ ਪੂਰੀ ਤੁਹਾਡੀ ਜਿਹੜੀ ਤੁਹਾਡਾ ਧੰਨਵਾਦ ਤੇ ਤੁਹਾਡੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਕਿਉਂਕਿ ਪਿਛਲਾ 1.5 ਸਾਲ ਦੇਖਿਆ ਜਾਵੇ ਬੇਹਦ ਚੁਣੌਤੀਆਂ ਭਰਿਆ ਰਿਹਾ ਬਹੁਤ ਮੁਸ਼ਕਲ ਟਫ ਫੇਸ ਹੈਗਾ ਤੁਹਾਡੇ ਵਾਸਤੇ ਪੂਰੇ ਪਰਿਵਾਰ ਦੇ ਵਾਸਤੇ ਔਰ ਅੱਜ ਮੈਨੂੰ ਲੱਗਦਾ ਕਿ ਜ਼ਿੰਦਗੀ ਦਾ ਸਭ ਤੋਂ ਵੱਡਾ ਤੇ ਖੁਸ਼ੀ ਵਾਲਾ ਦਿਨ ਅੱਜ ਰਹਿਣ ਵਾਲਾ ਵਾ ਨਹੀਂ ਇਹ ਜੀ ਇਹ ਜਿਹੜਾ ਵੀ ਬੰਦਾ ਕੋਈ ਹੱਕ ਸੱਚ ਦੀ ਗੱਲ ਕਰਦਾ ਜਾਂ ਕੋਈ ਆਪਣੇ ਹੱਕਾਂ ਦੀ ਬੋਲਦਾ ਤੇ ਉਹਦੇ ਤੇ ਇਹੋ ਜਿਹੇ ਅਲੀਗੇਸ਼ਨ ਉਲਟੇ ਸਿੱਧੇ ਲਾ ਕੇ ਤੇ ਉਹਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਜਿਹੜੀ ਕਿ ਸਰਾਸਰ ਧੱਕਾ ਸੀਗਾ ਕਿ ਉਹ ਤੇ ਇੱਕ ਨਸ਼ਿਆਂ ਦੇ ਖਿਲਾਫ ਤੇ ਉਹ ਜੋ ਪੰਜਾਬ ਨਾਲ ਜਾਂ ਸਿੱਖਾਂ ਨਾਲ ਹੋਈਆਂ ਬੇਇਨਸਾਫੀਆਂ ਦੀ ਗੱਲ ਕਰਦੇ ਸੀ ਤੇ ਉਹਨੂੰ ਗਲਤ ਰੰਗਤ ਦੇ ਕੇ ਉਹਨਾਂ ਨੂੰ ਇਹ ਇਹੋ ਜਿਹੇ ਗਲਤ ਕਾਨੂੰਨਾਂ ਦੇ ਤਹਿਤ ਗ੍ਰਿਫਤਾਰ ਕੀਤਾ ਤੇ ਉਹਦੇ ਵਾਸਤੇ ਜਿਹੜੇ ਇਹ ਸਿੱਖ ਸੰਗਤਾਂ 'ਚ ਉਹ ਇਲਾਕੇ ਦੀਆਂ ਸੰਗਤਾਂ 'ਚ ਬਹੁਤ ਵੱਡਾ ਪੰਜਾਬ ਦੀਆਂ ਸੰਗਤਾਂ ਦੇਸ਼ ਵਿਦੇਸ਼ 'ਚ ਬੜਾ ਰੋਸ ਸੀਗਾ ਤੇ ਉਹ ਰੋਸ ਦਾ ਹੀ ਪ੍ਰਗਟਾਵਾ ਇਹ ਇਲੈਕਸ਼ਨ 'ਚ ਕੀਤਾ ਲੋਕਾਂ ਨੇ ਕਦੇ ਸੋਚਿਆ ਸੀ ਕਿ ਜਦੋਂ ਐਨਐਸਏ ਅਮਰਿਤਪਾਲ ਸਿੰਘ ਦੇ ਉੱਤੇ ਲੱਗ ਗਈ ਕਿ ਉਹ ਮੈਂਬਰ ਪਾਰਲੀਮੈਂਟ ਬਣ ਸਕਣਗੇ ਕਦੀ ਕਦੀ ਜ਼ਿੰਦਗੀ 'ਚ ਕਦੀ ਸੋਚਿਆ ਸੀਗਾ ਜਾਂ ਉਸ ਤੋਂ ਪਹਿਲਾਂ ਕਦੀ ਸੋਚਿਆ ਸੀਗਾ ਕਿ ਅਮਰਿਤਪਾਲ ਸਿੰਘ ਇੱਕ ਦਿਨ ਮੈਂਬਰ ਪਾਰਲੀਮੈਂਟ ਬਣ ਸਕੇਗਾ ਨੇ ਅਸੀਂ ਤੇ ਅੱਜ ਤੋਂ ਦੋ ਤਿੰਨ ਸਾਲ ਪਹਿਲਾਂ ਇਹ ਵੀ ਨਹੀਂ ਸੋਚਿਆ ਕਿ ਅਮਰਤਪਾਲ ਇਸ ਲੈਂਡ ਚ ਆਊਗਾ ਕੋਈ ਉਸ ਇਸ ਲੈਂਡ ਚ ਆ ਕੇ ਪੰਜਾਬ ਦੇ ਨੌਜਵਾਨਾਂ ਦੀ ਅਗਵਾਈ ਕਰਨਗੇ ਜਾਂ ਕੀ ਅੱਗੇ ਚੱਲਣ ਵਾਲਾ ਸੋ ਇਹ ਕੋਈ ਅਚਾਨਕ ਗੁਰੂ ਸਾਹਿਬ ਦੀ ਕੋਈ ਕਲਾ ਹੀ ਵਰਤੀ ਆ ਜੀ ਉਹਨਾਂ ਨੇ ਉਹਨਾਂ ਕੋ ਸੇਵਾ ਲਈ ਆ ਜੋ ਸਰਕਾਰ ਨੇ ਉਹਨਾਂ ਨਾਲ ਬੇਇਨਸਾਫ ਕੀਤੀ ਉਹਦਾ ਜਵਾਬ ਉਹ ਵੀ ਗੁਰੂ ਸਾਹਿਬ ਨੇ ਸੰਗਤਾਂ ਦੇ ਹਿਰਦੇ ਚ ਵਸ ਕੇ ਦਿੱਤਾ ਜਿਹੜਾ ਤੇ ਅਸੀਂ ਸੰਗਤਾਂ ਦੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਬਹੁਤ ਤਹਿ ਦਿਲ ਤੋਂ ਧੰਨਵਾਦੀ ਆ ਕਿ ਜਿਨ੍ਹਾਂ ਨੇ ਬਾਹਰ ਰਹਿ ਕੇ ਵੀ ਅੱਜ ਵੀ ਜਿਹੜੀ ਬੜੀ ਜ਼ੋਰ ਸ਼ੋਰ ਨਾਲ ਜਿਹੜੇ ਅਮਰੀਕਾ 'ਚ ਵੀ ਹੋਰ ਜਗ੍ਹਾ ਤੇ ਵੀ ਇਹ ਇਹ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਕਿ ਤੁਸੀਂ ਇਹ ਬੇਇਨਸਾਫੀਆਂ ਜਿਹੜੀਆਂ ਬੰਦ ਕਰੋ ਤੇ ਉਹਨਾਂ ਨੂੰ ਤੁਰੰਤ ਰਿਹਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਤੁਸੀਂ ਇਹਦਾ ਜ਼ਿਕਰ ਕੀਤਾ ਐਨਐਸਏ ਲੱਗੀ ਹੋਈ ਹੈ ਹੁਣ ਮੈਂਬਰ ਪਾਰਲੀਮੈਂਟ ਬਣ ਗਏ ਨੇ ਤਾਂ ਕਦੀ ਇਹ ਸੋਚਿਆ ਕਿ ਜਾਂ ਤੁਸੀਂ ਅਪੀਲ ਕਰੋ ਕਿ ਸਰਕਾਰ ਨੂੰ ਜਾਂ ਕੋਈ ਮੈਮੋਰੰਡਮ ਦਿਓਗੇ ਕਿ ਐਨਐਸਏ ਹਟੇ ਔਰ ਡਿਬ੍ਰੂਗਲ ਜੇਲ ਤੋਂ ਬਾਹਰ ਦੇ ਅਸੀਂ ਤੇ ਅਪੀਲ ਤੁਹਾਡੇ ਥਰੂ ਹੁਣ ਵੀ ਕਰ ਰਹੇ ਆ ਅੱਗੇ ਵੀ ਕੀਤੀ ਆ ਵੀ ਇਹ ਜਿਹੜਾ ਚੀਜ਼ੇ ਸਭ ਕੁਝ ਨਜਾਇਜ਼ ਕੀਤਾ ਗਿਆ ਸੀ ਤੇ ਉਹਦਾ ਜਿਹੜਾ ਪ੍ਰਤੀਕਰਮ ਉਹ ਲੋਕਾਂ ਨੇ ਤੁਹਾਨੂੰ ਦੱਸ ਵੀ ਦਿੱਤਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਤੁਸੀਂ ਉਸ ਆਪਣੇ ਫੈਸਲੇ ਤੇ ਦੁਬਾਰਾ ਗੌਰ ਕਰਕੇ ਉਹਨਾਂ ਤੇ ਉਹਨਾਂ ਦੇ ਸਾਥੀਆਂ ਤੇ ਜਾਂ ਹੋਰ ਵੀ ਜਿਹੜੇ ਬੰਦੀ ਸਿੰਘ ਇਹਨੇ ਚਿਰ ਤੋਂ ਬੰਦ ਧੱਕੇ ਨਾ ਰੱਖਿਆ ਗਿਆ ਉਹਨਾਂ ਨੂੰ ਜੇਲਾਂ ਚ ਮੇਰਾ ਖਿਆਲ ਉਹਨਾਂ ਸਾਰਿਆਂ ਦੇ ਵਾਸਤੇ ਦੁਬਾਰਾ ਸੋਚ ਸਮਝ ਕੇ ਤੇ ਇਹਨਾਂ ਨੂੰ ਸਾਰਿਆਂ ਨੂੰ ਛੱਡਿਆ ਜਾਣਾ ਚਾਹੀਦਾ ਜੀ ਕਿਉਂਕਿ ਐਨਐਸਏ ਲੱਗੀ ਹੋਈ ਹੈ ਅਜੇ ਕਲੀਅਰ ਨਹੀਂ ਹੋ ਪਾਇਆ ਕਿੱਥੇ ਅਮਰਿਤਪਾਲ ਸਿੰਘ ਨੂੰ ਦਿੱਲੀ ਰੱਖਿਆ ਜਾਏਗਾ ਕਿੰਨੇ ਦਿਨ ਕੀ ਅੱਜ ਹੀ ਵਾਪਸ ਭੇਜ ਦਿੱਤਾ ਜਾਏਗਾ ਜਾਂ ਦੋ ਦਿਨ ਰੁਕਣਗੇ ਤੁਹਾਡੀ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਕਿ ਕੀ ਪੂਰਾ ਪ੍ਰੋਸੈਸ ਰਹਿਣ ਵਾਲਾ ਹੈ ਔਰ ਜਦੋਂ ਔਥ ਲਈਤੀ ਜਾਏਗੀ ਉਦੋਂ ਤੁਸੀਂ ਨਾਲ ਰਹੋਗੇ ਤੁਹਾਡੀ ਕੋਈ ਗੱਲਬਾਤ ਹੋਈ ਹੈ ਨਹੀਂ ਅਜੇ ਤੱਕ ਸਾਨੂੰ ਉਹਨਾਂ ਨੇ ਅਜੇ ਦਾ ਦਿਨ ਦਾ ਜੋ ਸ਼ਡਿਊਲ ਆ ਕੋਈ ਦੱਸਿਆ ਨਹੀਂ ਉਹਦੇ ਬਾਰੇ ਚ ਉਹ ਕਹਿੰਦੇ ਉਹਨੇ ਮਿਲੇ ਸੀ ਸਾਨੂੰ ਕੋਈ ਉਹਨਾਂ ਦੇ ਇੰਚਾਰਜੋ ਕਹਿੰਦੇ ਸੀ ਥੋੜੇ ਟਾਈਮ ਤੱਕ ਮੇਰੇ ਕੋਲ ਪੂਰੀ ਜਾਣਕਾਰੀ ਆਉਂਦੀ ਤੇ ਮੈਂ ਤੁਹਾਨੂੰ ਫਿਰ ਦੱਸਦਾ ਉਦੋਂ ਬਾਅਦ ਚ ਪਤਾ ਲੱਗੂਗਾ ਕਿ ਕਿੰਨੇ ਵਜੇ ਆ ਕਿੱਥੇ ਕਿਹੜੀ ਜਗ੍ਹਾ ਵਾ ਕਿੰਨੇ ਜਣਿਆਂ ਨੂੰ ਇਜਾਜ਼ਤ ਦਿੰਦੇ ਹਨ ਨਾਲ ਜਾਣ ਦੀ ਇਹ ਉਦੋਂ ਬਾਅਦ ਚ ਦੱਸਿਆ ਜਾ ਸਕਦਾ ਮੈਂ ਦੇਖ ਰਿਹਾ ਸੀ ਸਵੇਰੇ ਜਦੋਂ ਤੁਸੀਂ ਉੱਠ ਰਹੇ ਸੀ ਇੱਕ ਚਿਹਰੇ ਤੇ ਵੱਖਰੀ ਖੁਸ਼ੀ ਸੀ ਦਸਤਾਰ ਜਦੋਂ ਸਜਾਰੇ ਸੀ ਔਰ ਆਪਣੇ ਕੁੜਤੇ ਨੂੰ ਪਜਾਮੇ ਨੂੰ ਬੜੇ ਚਾਹ ਦੇ ਨਾਲ ਤੁਸੀਂ ਜਿਹੜਾ ਵਪਾਰੇ ਸੀਗੇ ਔਰ ਪਿਆਲ ਦੀ ਇੱਕ ਬਹੁਤ ਵੱਡਾ ਦਿਨ ਹੁੰਦਾ ਵਾ ਜਦੋਂ ਇੱਕ ਬੇਟਾ ਜਿਹੜਾ ਵਾ ਮੈਂਬਰ ਪਾਰਲੀਮੈਂਟ ਬਣੇ ਔਰ ਜਿੰਨਾ ਚਾਹ ਤੁਹਾਨੂੰ ਕੁਰਤੇ ਪਿਆਮੇ ਪਾਉਂਦੇ ਹੋਏ ਨਜ਼ਰ ਆਇਆ ਉਹ ਸ਼ਾਇਦ ਤੁਹਾਡੀਆਂ ਅੱਖਾਂ ਚ ਬਿਆਨ ਹੋ ਰਿਹਾ ਸੀ ਨੇ ਜੀ ਅਸੀਂ ਹਮੇਸ਼ਾ ਹੀ ਸ਼ੁਰੂ ਤੋਂ ਲੈ ਕੇ ਜੋ ਇਹ ਘਟਨਾਵਾਂ ਕਰਮ ਵਾਪਰਿਆ ਵੀ ਹੈ ਜੋ ਇਹਨਾਂ ਤੇ ਐਨਐਸਐਲ ਆਈ ਗਈ ਜਾਂ ਜੋ ਕੁਝ ਹੋਇਆ ਅਸੀਂ ਹਮੇਸ਼ਾ ਚੜ੍ਹਦੀ ਕਲਾ ਜੀ ਰਹੇ ਹਾਂ ਹਮੇਸ਼ਾ ਕੋਸ਼ਿਸ਼ ਕਰ ਰਹੇ ਹਾਂ ਗੁਰੂ ਦੇ ਬਾਣੇ ਚ ਰਹਿਣ ਵਾਲੇ ਆ ਸਾਨੂੰ ਨਾ ਤੇ ਈ ਕੋਈ ਖੁਸ਼ੀ ਦੀ ਗੱਲ ਆ ਨਾ ਖਾੜੇ ਵਾਸਤੇ ਕੋਈ ਗਮੀ ਦੀ ਗੱਲ ਆ ਮੇਰਾ ਖਿਆਲ ਜੋ ਅਸੀਂ ਉਹ ਕਹਿੰਦੇ ਕੋ ਵੈਗੁਰੂ ਕਰਦਾ ਚੰਗਾ ਹੀ ਕਰਦਾ ਤੇ ਅਸੀਂ ਇਹੋ ਚਾਹੁੰਦੇ ਆ ਕਿ ਇਹ ਪੰਜਾਬ ਦਾ ਜੋ ਇਹ ਜਿਹੜਾ ਜਿਹੜੇ ਚ ਇਹੋ ਜਿਹੇ ਹਾਲਾਤ ਬਣੇ ਪਏ ਆ ਉਹਦੇ ਵਾਸਤੇ ਸਾਰੇ ਮਿਲ ਜੁਲ ਕੇ ਕੋਈ ਸੁਧਾਰ ਹੋਵੇ ਸਾਡੀ ਇਹੋ ਇੱਛਾ ਸਾਨੂੰ ਬਾਕੀ ਉਹਦਾ ਪਾਰਲੀਮੈਂਟ ਬਣਦੀ ਵੀ ਦੀ ਕੋਈ ਨਾ ਸਾਡੀ ਚਾਹਨਾ ਸੀ ਇਹ ਬਣ ਗਿਆ ਲੋਕਾਂ ਨੇ ਬਣਾਇਆ ਤੇ ਲੋਕਾਂ ਦੇ ਇਹ ਲੋਕਾਂ ਨੂੰ ਜਿਆਦਾ ਖੁਸ਼ੀ ਆ ਸਾਡੇ ਨਾਲੋਂ ਇਸ ਕਰਕੇ ਅਸੀਂ ਵੀ ਉਹਨਾਂ ਦੀ ਲੋਕਾਂ ਦੀ ਖੁਸ਼ੀ ਜੇ ਸ਼ਾਮਲ ਹੈ ਜੀ ਕਿ ਸਰਬਜੀਤ ਸਿੰਘ ਖਾਲਸਾ ਹੋਰ ਇਹ ਜ਼ਿਕਰ ਕਰ ਰਹੇ ਸੀਗੇ ਕਿ ਹੁਣ ਅਗੋਂ ਜਿਮਨੀ ਚੋਣ ਵੀ ਲੜਨੀਆਂ ਨੇ ਅਸੀਂ ਇੱਕ ਪਾਰਟੀ ਬਣਾਵਾਂਗੇ ਔਰ ਨਾਲੇ ਨਾਲ ਐਸਜੀਪੀਸੀ ਦੀ ਚੋਣ ਵੀ ਲੜਾਂਗੇ ਇਸ ਬਾਬਤ ਤੁਹਾਡੀ ਕੀ رائے ਅਮਰਿਤਪਾਲ ਸਿੰਘ ਹੋਰਣਾ ਇਸ ਬਾਬਤ ਗੱਲਬਾਤ ਹੋਈ ਕਿ ਐਸਜੀਪੀਸੀ ਦੀ ਚੋਣ ਲੜ ਕੇ ਆਪਣੇ ਨੁਮਾਇੰਦੇ ਖੜੇ ਕਰਨੇ ਚਾਹੀਦੇ ਔਰ ਆਪਣੀ ਇੱਕ ਪਾਰਟੀ ਬਣਾਨੀ ਚਾਹੀਦੀ ਹੈ ਔਰ ਜਿਮਨੀ ਚੋਣਾਂ ਵੀ ਲੜਨੀਆਂ ਚਾਹੀਦੀਆਂ ਨਹੀਂ ਸਾਡਾ ਤਾਂ ਖਿਆਲ ਹੈ ਕਿ ਸਾਰੇ ਸਾਨੂੰ ਪੰਜਾਬ ਦੇ ਲੋਕਾਂ ਜਿਨ੍ਹਾਂ ਸਿੱਖਾਂ ਨੂੰ ਸਾਰਿਆਂ ਨੂੰ ਮਿਲ ਜੁਲ ਕੇ ਕੋਈ ਇਹੋ ਜਿਹੇ ਧਿਰਗੇ ਇਹੋ ਜਿਹੇ ਲੋਕ ਅੱਗੇ ਲਿਆਂਦੇ ਜਾਣੇ ਚਾਹੀਦੇ ਏਨੇ ਕਿ ਸਾਡੀ ਪਾਰਟੀ ਅਸੀਂ ਕੋਈ ਬਣਾਉਣ ਦਾ ਜੇ ਕੋਈ ਸੋਚ ਵੀ ਨਹੀਂ ਰਹਿ ਤੇ ਸਮਾਂ ਹੁਣ ਤੇ ਅਸੀਂ ਕਹਿੰਦੇ ਕਿ ਪਾਰਟੀਆਂ ਤੇ ਪਹਿਲਾਂ ਬਥੇਰੀਆਂ ਵਾਂ ਪਰ ਇਹ ਚੀਜ਼ ਆ ਕਿ ਸਾਨੂੰ ਇਹੋ ਜੀ ਇੱਕ ਸਾਰੇ ਜਣੇ ਰਲ ਮਿਲ ਕੇ ਕੋਈ ਚੰਗੇ ਲੋਕਾਂ ਦੀ ਜਿਹੜੀ ਜਿਹੜੇ ਈਮਾਨਦਾਰ ਹੋਣ ਕੌਮ ਨੂੰ ਕੌਮ ਪ੍ਰਸਤ ਹੋਣ ਪੰਜਾਬ ਦੇ ਭਲੇ ਚਾਉਣ ਆਪਣੇ ਨਿਜਵਾ ਤੋਂ ਉੱਪਰ ਉੱਠ ਕੇ ਚੱਲ ਚੱਲਣ ਵਾਲੇ ਹੋਣ ਉਹ ਇਹ ਚਾਉਣ ਜੋ ਸਰੋਮਣੀ ਕਮੇਟੀ ਚ ਜਾਂ ਸਾਡੀਆਂ ਹੋਰ ਧਾਰਮਿਕ ਜਥੇਬੰਦੀਆਂ ਜਾਂ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਜਿਹੜੇ ਹਾਲਾਤ ਬਹੁਤ ਨੀਵੇਂ ਪੱਧਰ ਤੇ ਚੱਲੇ ਗਏ ਉਹਨਾਂ ਚ ਸੁਧਾਰ ਕਰਨ ਦੀ ਮੇਰਾ ਖਿਆਲ ਹੈ ਕਿ ਚੰਗੇ ਲੋਕਾਂ ਨੂੰ ਨੌਜਵਾਨਾਂ ਨੂੰ ਅੱਗੇ ਆਉਣ ਦੀ ਲੋੜ ਆ ਤੇ ਇਹ ਸਾਡੀ ਕੋਸ਼ਿਸ਼ ਹੋ ਗਈ ਨੌਜਵਾਨੀ ਵੱਤੋਂ ਵੱਦੇ ਚ ਇਹ ਰਾਜਨੀਤੀ ਚ ਵੀ ਧਾਰਮਿਕ ਸੰਸਥਾਵਾਂ ਚ ਵੀ ਅੱਗੇ ਆਵੇ ਤੇ ਏੜੀ ਕੌਮ ਦੀ ਅਗਵਾਈ ਕਰੇ ਕਿਉਂਕਿ ਜਵਾਨਾ ਬੜਾ ਫਾਸਟ ਚੱਲ ਰਿਹਾ ਇਹ ਨੌਜਵਾਨੀ ਜਿਹੜੀ ਆ ਉਹਨਾਂ ਨੂੰ ਨਵੇਂ ਯੁੱਗ ਦੇ ਸਾਰੇ ਸਾਧਨ ਵੀ ਵਰਤਣੇ ਆਉਂਦੇ ਆ ਸਭ ਕੁਝ ਕਰਨਾ ਹੁੰਦਾ ਮੇਰੇ ਖਾਂ ਨੌਜਵਾਨਾਂ ਨੂੰ ਇਹ ਲੀਡ ਕਰਨ ਦਾ ਮੌਕਾ ਦਿੱਤਾ ਜਾਣਾ ਅਮਰਿਤਪਾਲ ਉਹਨਾਂ ਦੀ ਅਗਵਾਈ ਕਰਨ ਕਿ ਐਸਜੀਪੀਸੀ ਚੋਣ ਹੋਵੇ ਜਾਂ ਬਾਕੀ ਚੋਣਾਂ ਨਹੀਂ ਇਹ ਤੇ ਹੋਣਾ ਜੇ ਅਮਰਿਤਪਾਲ ਬਾਹਰ ਆਉਂਦੇ ਉਹਨਾਂ ਦਾ ਕੀ ਖਿਆਲ ਆ ਤੇ ਮੇਰਾ ਖਿਆਲ ਹੈ ਕਿ ਅਗਵਾਈ ਚੰਗੇ ਬੰਦਿਆਂ ਦੇ ਹੱਥ ਚੋਣੀ ਚਾਹੀਦੀ ਸੀ ਅਮਰਿਤਪਾਲ ਕਰਨ ਚਾ ਕੋਈ ਹੋਰ ਕੋਈ ਕਰੇ ਮੇਰੇ ਖਿਆਲ ਹੈ ਕਿ ਇਹ ਇਹ ਸਭ ਤੋਂ ਜ਼ਰੂਰੀ ਤੁਸੀਂ ਡਿਬ੍ਰੂਗਲ ਜੇਲ ਵੀ ਪਿਛਲੇ ਦਿਨਾਂ ਚ ਗਏ ਉਹਨਾਂ ਦੀ ਪਤਨੀ ਵੀ ਗਏ ਧਰਮ ਪਤਨੀ ਵੀ ਗਏ ਕੀ ਗੱਲਬਾਤ ਅਮਰਿਤਪਾਲ ਹੋਰਾਂ ਦੀ ਹੋਈ ਜਿੱਤਨ ਤੋਂ ਬਾਅਦ ਕੀ ਕੋ ਛੋਨਾ ਦਾ ਨਜ਼ਰੀਆ ਸੀ ਕੀ ਕੋ ਛੋਨਾ ਦਾ ਕਹਿਣਾ ਸੀ ਨਜ਼ਰੀਆ ਤਾਂ ਉਹਨਾਂ ਦਾ ਸੀ ਕਿ ਉਹ ਕਹਿੰਦੇ ਸੀ ਕਿ ਮੈਂ ਕਦੀ ਇਹ ਜ਼ਿੰਦਗੀ 'ਚ ਸੋਚ ਵੀ ਨਹੀਂ ਸਕਦਾ ਕਿ ਲੋਕ ਮੈਨੂੰ ਇਨਾ ਪਿਆਰ ਦੇਣਗੇ ਪਹਿਲਾਂ ਮੈਂ ਮਹਾਵੀਰ ਦੇ ਟਾਈਮ ਵੀ ਲੋਕਾਂ ਨੇ ਮੈਨੂੰ ਅੱਖਾਂ ਤੇ ਬਿਠਾਇਆ ਤੇ ਮੇਰੀ ਜਿਹੜੇ ਮੇਰੇ ਨਾਲ ਜਾਂ ਸਰਕਾਰ ਨੇ ਜੋ ਸਾਡੀ ਟੀਮ ਨਾਲ ਧੱਕਾ ਕੀਤਾ ਉਹ ਉਹਦਾ ਜਿਹੜਾ ਜਵਾਬ ਲੋਕਾਂ ਨੇ ਏਡੇ ਵੱਡੇ ਪਿਆਰ ਸਤਕਾਰ ਨਾਲ ਮੈਨੂੰ ਦਿੱਤਾ ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ ਤੇ ਉਹਨਾਂ ਦੀ ਸੇਵਾ 'ਚ ਮੈਂ ਹਮੇਸ਼ਾ ਦਿਨ ਰਾਤ ਮੈਂ ਹਾਜ਼ਰ ਰਹਾਂਗਾ ਜਦੋਂ ਮੈਨੂੰ ਮੌਕਾ ਮਿਲਦਾ ਜਾਂ ਸਾਡਾ ਪਰਿਵਾਰ ਵੀ ਇਹ ਇਹ ਚੀਜ਼ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਜਿੰਨੇ ਜੋਗੇ ਵੀ ਹੈਗੇ ਹਾਂ ਜੋ ਵੱਧ ਤੋਂ ਵੱਧ ਗੁਰੂ ਮਹਾਰਾਜ ਆਪਦੇ ਭਲੇ ਲਈ ਸਿੱਖੀ ਦੇ ਭਲੇ ਲਈ ਗੱਲ ਹਮੇਸ਼ਾ ਜੋ ਜਿੰਨਾ ਵੱਤੋਂ ਵੱਧ ਯੋਗਦਾਨ ਹੋ ਸਕੂ ਪਾਵਾਂਗੇ ਕਿਉਂਕਿ ਵਿਰੋਧੀ ਪਾਰਟੀਆਂ ਦੇ ਲੀਡਰ ਲਗਾਤਾਰ ਸਵਾਲ ਚੱਕ ਰਹੇ ਸੀਗੇ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਖਰਾਬ ਅਮਰਿਤਪਾਲ ਕਰੇਗਾ ਪੰਜਾਬ ਦਾ ਮਾਹੌਲ ਅਮਰਿਤਪਾਲ ਖਰਾਬ ਕਰੇਗਾ ਔਰ ਪੰਜਾਬ ਨੂੰ ਤੋੜਨ ਦੀ ਗੱਲ ਅਮਰਿਤਪਾਲ ਸਿੰਘ ਕਰਦਾ ਹੈ ਇਹ ਮੇਰੇ ਖਿਆਲੋਂ ਉਹ ਜਿਹੜੇ ਲੀਡਰ ਇਹੋ ਜਿਹੇ ਸਵਾਲ ਚੁੱਕਦੇ ਉਹਨਾਂ ਨੂੰ ਇਹ ਚੀਜ਼ ਹੈ ਕਿ ਪੰਜਾਬ ਦੇ ਹਾਲਾਤ ਜਿਹੋ ਜਿਹੇ ਹੁਣ ਬਣੇ ਪਏ ਆ ਰੋਜ਼ ਕਿੰਨੇ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਆ ਕਿੰਨੇ ਲੋਕਾਂ ਨੂੰ ਧਮਕੀਆਂ ਫਰੋਤੀਆਂ ਨਹੀਂ ਧਮਕੀਆਂ ਆ ਰਹੀਆਂ ਜਾਨੋ ਮਾਰਨੀਆਂ ਧਮਕੀਆਂ ਆ ਰਹੀਆਂ ਮੇਰੇ ਖਿਆਲ ਇਹ ਹਾਲਾਤ ਕਿਦਾਂ ਦੇ ਬਣਾ ਛੱਡੇ ਇਹ ਅਮਰਤਪਾਲ ਤੇ ਜੋ ਹੁਣ 1.5 ਸਾਲ ਤੋਂ ਫਿਰ ਵੀ ਗੈਰਹਾਜ਼ਰ ਉਦੋਂ ਦੇ ਹਾਲਾਤ ਇਹਨੇ ਜੇ ਇਹਨਾਂ ਨੂੰ ਇੰਨਾ ਫਿਕਰ ਹਾਲਾਤਾਂ ਦਾ ਤੇ ਉਹਨਾਂ ਦੇ ਚੰਗੇ ਕਰ ਲੈਂਦੇ ਇਹ ਮੇਰਾ ਖਿਆਲ ਹੈ ਕਿ ਇਹੋ ਜਿਹੇ ਝੂਠਾ ਪ੍ਰਪੇਗੰਡਾ ਤੋਂ ਬਾਝਾਉਣਾ ਚਾਹੀਦਾ ਇਹ ਜਿਹੜੇ ਮ ਆਹ ਹੋਰ ਜੋ ਪਤਾ ਨਹੀਂ ਕਿੰਨੇ ਕੁ ਲੋਕ ਕਤਲ ਹੋ ਰਹੇ ਹੈ ਕਹੀ ਹੋਰ ਜਿਹੜੇ ਕਾਨੂੰਨ ਅਵਸਥਾ ਉਹ ਤੇ ਪਹਿਲਾਂ ਹੀ ਚਰਮराई ਹੋਈ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਹੋ ਜੀਆਂ ਚੀਜ਼ਾਂ ਤੋਂ ਬਾਜ ਆਉਣਾ ਚਾਹੀਦਾ ਤੇ ਜੇ ਨੌਜਵਾਨੀ ਨੂੰ ਕੋਈ ਚੰਗੇ ਪਾਸੇ ਲਾਇਆ ਜਾ ਸਕਦਾ ਉਹਨਾਂ ਨੂੰ ਨਸ਼ਿਆਂ ਤੋਂ ਕੱਢ ਕੇ ਕੋਈ ਧਰਮ ਨਾਲ ਜੋੜੇ ਸਕਦਾ ਕੋਈ ਸਮਾਜ ਦੇ ਚੰਗੇ ਭਲੇ ਲਈ ਉਹਨਾਂ ਨੂੰ ਵਰਤਿਆ ਜਾ ਸਕਦਾ ਤੇ ਮੇਰਾ ਖਿਆਲ ਉਹ ਅਮਰਤਪਾਲ ਵਰਗੇ ਹੋਰ ਵੀ ਸਿਰਦ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਕਿ ਉਹ ਆ ਕੇ ਉਹਨਾਂ ਨੌਜਵਾਨਾਂ ਨੂੰ ਵਾਹੀ ਕਰਨ ਤੇ ਉਹਨਾਂ ਨੂੰ ਇਹ ਗਲਤ ਪਾਸਿਓਂ ਜਿਹੜਾ ਪਤੇਤਪੁਣੇ ਚੋਂ ਕੱਢ ਕੇ ਨਸ਼ਿਆਂ ਚੋਂ ਕੱਢ ਕੇ ਤੇ ਉਹ ਗੁਰੂ ਨਾਲ ਜੋੜਨ ਤੇ ਸਮਾਜ ਦੇ ਭਲੇ ਲਈ ਕੰਮ ਕਰ ਰਿਹਾ ਸੀ ਵਿਰੋਧੀ ਇਹ ਕਹਿ ਰਹੇ ਸੀ ਕਹਿੰਦੇ ਕਿ ਖਾਲਿਸਤਾਨ ਦੀ ਮੰਗ ਕਰਦਾ ਹੈ ਦੇਸ਼ ਨੂੰ ਤੋੜਨ ਦਾ ਜ਼ਿਕਰ ਕਰਦਾ ਔਰ ਖਾਲਿਸਤਾਨ ਵਿਰੋਧੀ ਜਿਹੜੇ ਮੁਲਕ ਨੇ ਜਿਹੜੇ ਦੁਸ਼ਮਣ ਨੇ ਦੇਸ਼ ਦੇ ਉਹ ਨਾਲ ਮਿਲੇ ਹੋਏ ਇਸ ਤਰੀਕੇ ਦੇ ਬਹੁਤ ਸਾਰੇ ਇਲਜ਼ਾਮ ਵਿਰੋਧੀਆਂ ਦੇ ਵੱਲੋਂ ਲਗਾਏ ਜਾਂਦੇ ਜੇ ਜਦੋਂ ਵੀ ਕੋਈ ਹੱਕ ਸੱਚ ਦੀ ਗੱਲ ਕਰਦਾ ਨਾ ਇਹੋ ਜਿਹੇ ਇਲਜ਼ਾਮ ਅਵਿਰੋਧੀਆਂ ਨੇ ਲਾਉਣੇ ਹੁੰਦੇ ਆ ਕਿ ਉਹਨਾਂ ਕੋਲ ਨਾ ਗੱਲਾਂ ਦਾ ਕੋਈ ਜਵਾਬ ਤੇ ਹੁੰਦਾ ਨਹੀਂ ਤੇ ਕਿਸਾਨੀ ਅੰਦੋਲਨ ਚੱਲਿਆ ਉਦੋਂ ਵੀ ਉਹਨਾਂ ਨੂੰ ਖਾਲਸਤਾ ਨਹੀਂ ਦੂਜੇ ਤੇ ਜੇ ਕਹਿਣ ਦੀ ਕੋਸ਼ਿਸ਼ ਕੀਤੀ ਗਈ ਤੇ ਇਹ ਮੁੜ ਕੇ ਦੇਖੋ ਕਿ ਸਾਰਾ ਕੁਝ ਇਦਾਂ ਹੀ ਹੋਇਆ ਇਹ ਜਿਹੜਾ ਵੀ ਕੋਈ ਮੇਰਾ ਖਿਆਲ ਹੈ ਕਿ ਲੀ ਤੋਂ ਹਟ ਕੇ ਕੋਈ ਸਮਾਜ ਦੇ ਭਲੇ ਲਈ ਸੱਚੇ ਦਿਲੋਂ ਗੱਲ ਕਰੂਗਾ ਉਹਦੇ ਨਾਲ ਇਹੋ ਜਿਹੇ ਇਲਜ਼ਾਮ ਉੱਤੇ ਲੱਗਦੇ ਰਹਿਣਗੇ ਮੇਰਾ ਖਿਆਲ ਹੈ ਦੇਸ਼ ਤੋੜਨ ਵਾਲੀ ਇਹੋ ਜੀ ਤੇ ਕੋਈ ਗ ਕਿਆ ਰਹਿ ਸਕਦਾ ਜੇ ਦੇਸ਼ ਦੇ ਲੋਕ ਚੰਗੇ ਸਮਝਦਾਰ ਹੋਣ ਨੌਜਵਾਨੀ ਚੰਗੇ ਪਾਸੇ ਲੱਗੇ ਜਿਹੋ ਜਿਹੇ ਹਾਲਾਤ ਬਣੇ ਪਏ ਆ ਮੇਰੇ ਖਿਆਲ ਬਹੁਤ ਸਾਡੇ ਸਾਰੇ ਪੰਜਾਬੀਆਂ ਵਾਸਤੇ ਵੀ ਸ਼ਰਮ ਆ ਦੀ ਗੱਲ ਆ ਕਿ ਸਾਡੇ ਨੌਜਵਾਨਿਆਂ ਨੇ ਰੋਜ਼ ਟੀਕੇ ਲਾ ਲਾ ਕੇ ਕੋਈ ਕਿਤੇ ਮਰਿਆ ਪਿਆ ਕੋਈ ਝਾੜੀਆਂ ਚ ਮਰਿਆ ਪਿਆ ਕੋਈ ਨਾਲੀਆਂ ਚ ਪਿਆ ਇਹ ਇਹ ਚੀਜ਼ ਸਾਡੇ ਲੀਡਰਾਂ ਨੂੰ ਇਧਰ ਧਿਆਨ ਦੇਣਾ ਚਾਹੀਦਾ ਹੈ ਖਾਲਿਸਤਾਨ ਵਾਲੀ ਕੋਈ ਜ਼ਿਕਰ ਜਾਂ ਕੋਈ ਦੇਸ਼ ਨੂੰ ਵਾਲਾ ਨਹੀਂ ਇਹ ਸਿਰਫ ਪ੍ਰਪੋਗੈਂਡਾ ਤਿਆਰ ਕੀਤਾ ਗਿਆ ਪਿਆ ਇਹ ਤਾਂ ਪੰਜਾਬ ਨੂੰ ਜੋੜਨ ਦੀ ਗੱਲ ਕਰਦੇ ਇਹ ਜੋੜਨ ਦੀ ਗੱਲ ਇਹ ਚੀਜ਼ ਹੁੰਦੀ ਹੈ ਕਿ ਜਿਹੜੀਆਂ ਸਾਡੇ ਨਾਲ ਬੇਇਨਸਾਫ਼ੀਆਂ ਹੋਈਆਂ ਉਹਨਾਂ ਦੇਤੇ ਗੱਲ ਕਰਨ ਇਸ ਅਸੀਂ ਇਸ ਦੇਸ਼ 'ਚ ਰਹਿਣਾ ਤੇ ਚਾਹੁੰਦੇ ਆ ਪਰ ਸਾਨੂੰ ਦੂਜੇ ਦਰਜੇ ਦਾ ਤੀਜੇ ਦਰਜੇ ਦਾ ਸਹਾਰੀ ਬਣਾ ਕੇ ਸਾਡੇ ਨਾਲ ਇਹ ਜਿਹੜੇ ਜਿਹੋ ਜਿਹੇ ਹਾਲਾਤ ਬਣਾਏ ਜਾ ਰਹੇ ਆ ਇਹ ਸਾਡੇ ਕੌਮ 'ਚ ਬੇਗਾਨਗੀ ਦੀ ਭਾਵਨਾ ਸਾਡੇ ਬੰਦੀ ਸਿੰਘ ਆ ਉਹਨਾਂ ਦੀ سزا ਪੂਰੀ ਹੋਣ ਦੇ ਬਾਅਦ ਜਿਹਨਾਂ ਨੂੰ ਛੱਡਿਆ ਜਾ ਰਿਹਾ ਤੇ ਫਿਰ ਲੋਕ ਫਿਰ ਕੀ ਸੋਚਣ ਕਿ ਸਾਨੂੰ ਕਿੱਥੋਂ ਨਸਾ ਮਿਲੂਗਾ ਇਸ ਕਰਕੇ ਸਰਕਾਰ ਨੂੰ ਵੀ ਇਹ ਸਾਰੀਆਂ ਚੀਜ਼ਾਂ ਵਾਸਤੇ ਧਿਆਨ ਦੇਣਾ ਚਾਹੀਦਾ ਆ ਕਿਸਾਨ ਕਿਦੋਂ ਦੇ ਬੈਠੇ ਆ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਇਹ ਤੇ ਇਹੋ ਜਿਹੀਆਂ ਚੀਜ਼ਾਂ ਹਰਿਆਣਾ ਆਉਣ ਤੋਂ ਸਾਡੇ ਸਾਨੂੰ ਤੇ ਆਪ ਤੁਸੀਂ ਤੱਕ ਕੇ ਬਾਹਰ ਕਰ ਰਹੇ ਹੋ ਇਹ ਮੁੱਖ ਧਾਰਾ ਚੋਂ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਕਿ ਜਿਹੜੇ ਹਰਿਆਣਾ ਤੇ ਉਹ ਬਾਰਡਰ ਬਣਾਏ ਆ ਉਹ ਖੋਲ ਕੇ ਲੋਕਾਂ ਨੂੰ ਆਉਣ ਜਾਣ ਦਾ ਰਸਤਾ ਜਿਹੜੇ ਬੰਦ ਪਏ ਆ ਉਹਨਾਂ ਨੂੰ ਖੋਲਣਾ ਕਿੰਨੀ ਕਿੰਨੀ ਖੱਜਲ ਖਵਾਬੇ ਹੋ ਰਹੀ ਹੈ ਤੇ ਦਿੱਲੀ ਆਉਣ ਵਾਸਤੇ ਜਾਂ ਕੋਰ ਤੇ ਇਸ ਕਰਕੇ ਕਿਸਾਨਾਂ ਦੀ ਵੀ ਗੱਲ ਸੁਣੀ ਚਾਹੀਦੀ ਉਹਨਾਂ ਦੇ ਮਸਲੇ ਹੱਲ ਕਰਕੇ ਵਰਸਾ ਸਿੰਘ ਵਰਸਾ ਸਿੰਘ ਬਲਟੋਹਾ ਤੁਸੀਂ ਇਲੈਕਸ਼ਨ ਚ ਸੁਣਿਆ ਹੋਣਾ ਉਹ ਕਹਿੰਦੇ ਕਿ ਅਮਰਿਤਪਾਲ ਨੇ ਤਾਂ ਇਲੈਕਸ਼ਨ ਨਹੀਂ ਲੜਨਾ ਸੀਗਾ ਇਹ ਆਰਐਸਐਸ ਦਾ ਵਕੀਲ ਮਿਲਦੇ ਨੇ ਉਸ ਤੋਂ ਬਾਅਦ ਆਰਐਸਐਸ ਦੇ ਪਿੱਛੇ ਆਰਐਸਐਸ ਸਾਰਾ ਕੁਝ ਕਰਾਰੀ ਹੈ ਇਸ ਤਰ੍ਹਾਂ ਦੇ ਇਲਜ਼ਾਮ ਮਿਰਸਾ ਸਿੰਘ ਵਲਟੋਆ ਔਰ ਕੁਝ ਹੋਰ ਲੀਡਰ ਲਗਾਤੇ ਹੋਏ ਨਜ਼ਰ ਆਇਸ ਮੇਰਾ ਖਿਆਲ ਜੀ ਤੁਸੀਂ ਹੁਣੇ ਇੱਕ ਸਵਾਲ ਕੀਤਾ ਸੀ ਕਿ ਇਹਨਾਂ ਨੂੰ ਕੋਈ ਬਾਹਰ ਦੀਆਂ ਏਜੰਸੀਆਂ ਇਹਨਾਂ ਨੂੰ ਵਰਤ ਰਹੀਆਂ ਜਾਂ ਕੋਈ ਵਿਰੋਧੀ ਮੁਲਕ ਮੜ ਰਹੇ ਇੱਕ ਬਸ ਇਹ ਕਹਿ ਰਹੇ ਕਿ ਆਰਐਸਐਸ ਇਹਨਾਂ ਨੂੰ ਅੱਗੇ ਲਿਆ ਰਹੀ ਸਾਨੂੰ ਤੇ ਇਹ ਸਮਝ ਨਹੀਂ ਆ ਰਿਹਾ ਕਿ ਇਹ ਇੱਕ ਇੱਕ ਘਟਨਾਕਰਮ ਕੀ ਚੱਲ ਰਿਹਾ ਇਸ ਕਰਕੇ ਮੇਰਾ ਖਿਆਲ ਸਭ ਕੁਝ ਉਹਨਾਂ ਨੂੰ ਬਦਨਾਮ ਕਰਨ ਦੀ ਜਾਂ ਇਹੋ ਜਿਹੀਆਂ ਚੀਜ਼ਾਂ ਚੱਲੀਆਂ ਜਾ ਰਹੀਆਂ ਉਹ ਲੋਕਾਂ ਲੋਕਾਂ ਚ ਲੋਕਾਂ ਦੇ ਭਲੇ ਲਈ ਗੱਲ ਕਰਨੇ ਚਾਹੁੰਦੇ ਤੇ ਲੋਕ ਮੇਰਾ ਖਿਆਲ ਹੈ ਕਿ ਇਹ ਚੀਜ਼ ਹੈ ਕਿ ਉਹ ਲੋਕਾਂ ਦੇ ਨੇਤਾ ਵਾ ਲੋਕਾਂ ਨੇ ਉਹਨਾਂ ਨੂੰ ਚੁਣਿਆ ਉਹ ਨਾ ਤੇ ਆਰਐਸਐਸ ਨੇ ਉਹਨਾਂ ਨੂੰ ਸੀਟ ਤੇ ਚੁੱਕ ਕੇ ਬਿਠਾ ਦਿੱਤਾ ਤੇ ਨਾ ਹੀ ਕੋਈ ਬਾਹਰੀ ਏਜੰਸੀਆਂ ਨੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜੇ ਪ੍ਰਾਪੇਕੰਡੇ ਤੋਂ ਸਾਰਿਆਂ ਨੂੰ ਬਾਜ਼ ਆ ਕੇ ਆਪਣੇ ਜਿਹੜੇ ਕੌਮ ਦੇ ਜਿਹੜੇ ਮਸਲੇ ਆ ਸਾਹਮਣੇ ਆ ਪੰਜਾਬ ਦੇ ਉਹ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ ਇਹ ਇਸ ਕਰਕੇ ਵੀ ਸਿਗਾ ਕਿ ਤੁਸੀਂ ਜਾਣਾ ਵੀ ਇੱਕ ਦੋ ਸਵਾਲ ਤੁਹਾਡੇ ਲਵਾਂਗੇ ਫਿਰ ਪੂਰਾ ਪਰਿਵਾਰ ਆਇਆ ਬੇहद ਇੱਕ ਵੱਡਾ ਦਿਨ ਹੈ ਪਰਿਵਾਰ ਦੇ ਵਾਸਤੇ ਵੀ ਦੁਬਈ ਦੇ ਵਿੱਚ ਅਮਰਿਤਪਾਲ ਸਿੰਘ ਉੱਥੇ ਨੌਕਰੀ ਕਰਦੇ ਨੇ ਜਿਵੇਂ ਨੌਜਵਾਨ ਅੱਜਕੱਲ ਦੁਬਈ ਕੈਨੇਡਾ ਅਮਰੀਕਾ ਚਲੇ ਜਾਂਦੇ ਨੇ ਅਜਿਹਾ ਕੀ ਸਿਸਟਮ ਬਣਿਆ ਕਿ ਸੋਚਿਆ ਕਿ ਦੁਬਈ ਤੋਂ ਵਾਪਸ ਆਵਾਂਗਾ ਕੇਸ ਰੱਖਾਂਗਾ ਸਿੱਖੀ ਸਰੂਪ ਦੇ ਵਿੱਚ ਪੂਰਾ ਆਵਾਂਗਾ ਕਿਹੜਾ ਅਜਿਹਾ ਫੈਕਟਰ ਕਿਹੜਾ ਅਜਿਹਾ ਕਾਰਨ ਸੀਗਾ ਔਰ ਫਿਰ ਜਿਹੜੇ ਨੌਜਵਾਨ ਨੇ ਉਹਨਾਂ ਦੇ ਲਈ ਰੋਲ ਮਾਡਲ ਬਣ ਕੇ ਅਮਰਿਤ ਛਕਾਵਾਂਗਾ ਇਹ ਅਜਿਹਾ ਕੀ ਘਟਨਾ ਕਰਾਂ ਵਾਪਰੇ ਕਿਉਂਕਿ ਜਦੋਂ ਵਿਰੋਧੀਆਂ ਤੋਂ ਇਹ ਗੱਲਬਾਤ ਹੁੰਦੀ ਵਿਰੋਧੀ ਇਹ ਕਹਿ ਦਿੰਦੇ ਕਹਿੰਦੇ ਕਿ ਕੋਮ ਲਈ ਕੋਈ ਰੋਲ ਨਹੀਂ ਹੈ ਇਹ ਤਾਂ ਤਿਆਰ ਕਰਕੇ ਲਿਆਂਦਾ ਗਿਆ ਇਹ ਤਾਂ ਸਿੱਖੀ ਸਰੂਪ ਚ ਵੀ ਨਹੀਂ ਸੀਗਾ ਇਹ ਤਾਂ ਉੱਥੇ ਟਰੱਕ ਡਰਾਈਵਰ ਚਲਾਉਂਦੇ ਟਰੈਕ ਡਰਾਈਵਿੰਗ ਕਰਦੇ ਸੀਗੇ ਇਸ ਤਰੀਕੇ ਦੇ ਤੁਸੀਂ ਸਾਰੇ ਬਿਆਨ ਸੁਨੇ ਹੋਣੇ ਤੁਹਾਨੂੰ ਸਾਰਾ ਕੁਝ ਪਤਾ ਹੈ ਤੁਸੀਂ ਕਲੀਅਰ ਕਰ ਸਕੋ ਇਹ ਜੀ ਜਿਹੜੇ ਵਿਰੋਧੀਆਂ ਦਾ ਇਲਜ਼ਾਮ ਲਾਉਣੇ ਤੇ ਇਹੋ ਜਿਹੀ ਚੀਜ਼ਾਂ ਹੁੰਦੀਆਂ ਕਿ ਸਾਡਾ ਪਰਿਵਾਰ ਸ਼ੁਰੂ ਤੋਂ ਗੁਰਸਿੱਖੀ ਨਾਲ ਅਸੀਂ ਸੰਬੰਧਤ ਹਾਂ ਤੇ ਕਿਸੇ ਵੇਲੇ ਸਮੇਂ ਦੇ ਹਾਲਾਤ ਜਿਹੜੇ ਉਹਨਾਂ ਨੂੰ ਉਤੋਂ ਉਹਨਾਂ ਨੇ ਵਾਲ ਕਟਾਏ ਸਾਡੇ ਪਰਿਵਾਰ ਚ ਉਸ ਟਾਈਮ ਵੀ ਬੜੀ ਅਸੀਂ ਦੁੱਖ ਮਹਿਸੂਸ ਕੀਤਾ ਸਾਰਿਆਂ ਨੇ ਕਦੋਂ ਦੀ ਕਦੋਂ ਕੇਸ ਕਟਾਏ ਸੀ ਉਹ ਮੇਰੇ ਖਿਆਲ 12 ਦੀ ਗੱਲ ਹੋਣੀ ਹੈ 2012 2012 ਇੰਡੀਆ ਚ ਸੀ ਜਾਂ ਦੁਬਈ ਚ ਸੀ 2010 ਇਤਨੀ ਇਥੇ ਇੰਡੀਆ ਚ ਸੀ ਇੰਡੀਆ ਸੀ ਉਹ ਤੋਂ ਬਾਅਦ ਫਿਰ ਉੱਥੇ ਚਲੇ ਗਏ ਫਿਰ ਜਦੋਂ ਬੇਦਬੀਆਂ ਦੀ ਇਹ ਘਟਨਾ ਸ਼ੁਰੂ ਹੋਈਆਂ ਉਦੋਂ ਉਹਨਾਂ ਦੇ ਮਨ ਚ ਵੀ ਕੋਈ ਇਸ ਚੀਜ਼ ਦਾ ਕੋਈ ਦੁਬਾਰਾ ਇਹ ਚੀਜ਼ ਰੋਸ ਜਾ ਗਿਆ ਕਿ ਸਾਡੇ ਨਾਲ ਕੀ ਹੋ ਰਿਹਾ ਸਾਡੇ ਗੁਰੂ ਤੇ ਇਹੋ ਜਿਹੇ ਹਮਲੇ ਜਿਹੜੇ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਤੁਸੀਂ ਉਦੋਂ ਨਾਰਾਜ਼ ਹੋਏ ਸੀ ਜਦੋਂ ਕੇਸਾਂ ਦਾ ਕਤਲ ਕੀਤਾ ਤੁਸੀਂ ਕਹਿੰਦੇ ਕਿ ਇਹ ਕੀ ਕੀਤਾ ਉਸ ਤੋਂ ਪਹਿਲਾਂ ਕੇਸ ਕਰਕੇ ਹਾਂਜੀ ਸਾਡਾ ਸਾਰਾ ਪਰਿਵਾਰ ਇਹ ਨਾਰਾਜ਼ ਸੀਗਾ ਤੇ ਫਿਰ ਚਲੋ ਜਿਹਨਾਂ ਜਵਾਨ ਜਦੋਂ ਆਪਣੀ ਮਰਜ਼ੀ ਤੇ ਆ ਜਾਂਦੇ ਫਿਰ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਫਿਰ ਚਲੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਉਹ ਆਪਣੇ ਆਪ ਇਸ ਲੈਂਡ 'ਚ ਵਾਪਸ ਆਏ ਫਿਰ ਉਹਦੇਆਂ ਜਿਹੜੇ ਕਿ ਤੁਸੀਂ ਕਿਦੋਂ ਉਹਦਾ ਪਿੱਛੇ ਉਹਦੀਆਂ ਜਿਹੜੇ ਪੇਜ ਪੂਜਾ ਦੇਖ ਸਕਦੇ ਜੋ ਕਿ ਉਹ ਸ਼ੁਰੂ ਨੂੰ ਹੀ ਆਪਣੇ ਧਰਮ ਨਾਲ ਪਿਆਰ ਕਰਦਾ ਆਪਣੀ ਕੌਮ ਨਾਲ ਕਰਦਾ ਤੇ ਇਸ ਕਰਕੇ ਉਹ ਅੱਗੇ ਵਧਦਾ-ਵਧਦਾ ਜਿਹਨੂੰ ਦੀਪ ਸਿੱਧੂ ਨੇ ਆ ਕੇ ਲੋਕਾਂ ਨੂੰ ਜਗਾਇਆ ਫਿਰ ਉਸ ਮਹਿਮਨਾ ਕਿਸਾਨੀ ਮਹਿਮਨਾ ਵਿੱਚ ਜੁੜੇ ਰਹੇ ਹੋ ਤੇ ਇਸ ਕਰਕੇ ਉਹ ਤੋਂ ਬਾਅਦ ਜਦੋਂ ਦੀਪ ਸਿੱਧੂ ਨਾਲ ਇਹੋ ਜਿਹੀ ਘਟਨਾ ਵਾਪਰ ਜਾਂਦੀ ਆ ਤੇ ਫਿਰ ਉਹਨਾਂ ਨੂੰ ਜਿਹੜੇ ਉਹਨਾਂ ਦੀ ਜਥੇਬੰਦੀ ਸੀ ਉਹਨਾਂ ਨੇ ਉਹਨੂੰ ਅਗਵਾਈ ਕਰਨ ਦਾ ਮੌਕਾ ਦਿੱਤਾ ਤੇ ਉਹਨਾਂ ਨੇ ਉਹ ਤੋਂ ਕੁਝ ਟਾਈਮ ਤੇ ਉੱਥੋਂ ਰਹਿ ਕੇ ਅਗਵਾਈ ਕੀਤੀ ਫਿਰ ਉਹਨਾਂ ਨੂੰ ਲੱਗਾ ਕਿ ਸਾਨੂੰ ਇੱਥੇ ਇਸ ਧਰਤੀ ਤੇ ਵਿਚਰ ਕੇ ਹੀ ਇਹ ਲੋਕਾਂ ਦੇ ਨਾਲ ਮਿਲ ਕੇ ਫੇਸ ਟੂ ਫੇਸ ਗੱਲ ਕਰਕੇ ਹੀ ਇਹ ਮਸਲੇ ਦਾ ਕੋਈ ਸਾਡੀ ਨੌਜਵਾਨੀ ਕਰਾਏ ਪਈ ਉਹਨੂੰ ਸਹੀ ਰਸਤੇ ਤੇ ਤਾਂ ਹੀ ਲੈ ਆ ਸਕਦੇ ਹਾਂ ਕਿ ਜੇ ਉਹਨਾਂ ਚ ਅਸੀਂ ਵਿਚਰਾਂਗੇ ਤੇ ਇਹ ਮੇਰਾ ਖਿਆਲ ਹੈ ਕਿ ਸਾਡੀਆਂ ਹਕੂਮਤਾਂ ਨੂੰ ਜਾਂ ਸਾਡੇ ਜਿਹੜੇ ਰਾਜਨੀਤਿਕ ਪਾਰਟੀਆਂ ਨੂੰ ਇਹ ਚੀਜ਼ ਚੰਗੀ ਨਹੀਂ ਲੱਗੀ ਕਿ ਸਾਡੀ ਨੌਜਵਾਨੀ ਕੋਈ ਸਿੱਧੇ ਰਸਤੇ ਤੇ ਆਵੇ ਉਹਨਾਂ ਨੇ ਉਸ ਟਾਈਮ ਤੇ ਵੀ ਇਹੋ ਜਿਹੀ ਘਟਨਾ ਕਰਮਾ ਕੋਈ ਛੋਟੀਆਂ ਚੀਜ਼ਾਂ ਨੂੰ ਬਹੁਤ ਵੱਡਾ ਕਰਕੇ ਪੇਸ਼ ਕਰਕੇ ਗਲਤ ਐਂਟੀ ਨੈਸ਼ਨਲ ਉਹ ਦੂਜਾ ਤੀਜਾ ਕਰ ਕਰਕੇ ਤੇ ਇਹੋ ਜਿਹੀਆਂ ਚੀਜ਼ਾਂ ਲੋਕਾਂ ਦੇ ਮਨਾਂ 'ਚ ਵਿਚਾਰ ਭਰਦੇ ਆ ਮੇਰਾ ਖਿਆਲ ਹੈ ਕਿ ਅਜਿਹੋ ਜਿਹੇ ਜਾਖੜ ਸਾਹਿਬ ਨੇ ਬਿਆਨ ਦਿੱਤਾ ਇਸ ਕਾਮਨ ਇਹ ਇਹ ਭਾਈਚਾਰਿਆਂ ਨੂੰ ਵੰਡਣ ਵਾਲੀ ਗੱਲ ਆ ਮੇਰਾ ਖਿਆਲ ਹੈ ਕਿ ਉਹ ਲਾਰੈਂਸ ਬਸੋਈ ਬਸਨੋਈ ਨਾਲ ਦੀ ਤੁਲਨਾ ਕਰਨੇ ਕਿੱਡੀ ਬਿਹਤ ਮਾੜੀ ਗੱਲ ਆ ਲੋਰੈਂਸ ਨਾਲ ਤੁਲਨਾ ਕਰਨੀ ਬੇਹਦ ਗਲਤ ਗਲਤ ਆ ਕਿਉਂਕਿ ਇਹ ਤੇ ਸਮਾਜ ਚ ਵਿਚਰਦੇ ਆ ਕਿ ਕੋਈ ਉਹਨਾਂ ਨੇ ਕੋਈ ਫਰੋਤੀ ਨਹੀਂ ਮੰਗੀ ਕਿ ਇਸ ਦਾ ਕੋਈ ਮਰਡਰ ਨਹੀਂ ਕੀਤਾ ਕੋਈ ਲੋਕਾਂ ਦੀ ਨੌਜਵਾਨੀ ਨੂੰ ਸਿੱਧੇ ਰਸਤੇ ਪਾ ਰਹੇ ਤੇ ਉਹ ਜਿਹੜੇ ਉਹ ਜੋ ਜੋ ਕਰ ਰਹੇ ਆ ਕਿੰਨੇ ਲੋਕਾਂ ਨੂੰ ਮਰਵਾ ਰਹੇ ਆ ਕੀ ਕਰ ਰਹੇ ਇਹੋ ਜੀਆਂ ਚੀਜ਼ਾਂ ਤੇ ਮੇਰਾ ਖਿਆਲ ਹੈ ਬਹੁਤ ਇਹਨਾਂ ਨੂੰ ਸੋਚ ਸਮਝ ਕੇ ਐਡੇ ਵੱਡੇ ਅਹੁਦੇ ਤੇ ਇਹੋ ਜੇ ਲੀਡਰ ਹੋ ਕੇ ਮੇਰਾ ਖਿਆਲ ਹੈ ਕਿ ਇਹਨਾਂ ਦੇ ਸਿੱਖੀ ਪ੍ਰਤੀ ਜਨ ਬਹੁਤ ਵੱਡੀ ਨਫਰਤ ਇਹਨਾਂ ਦੇ ਮਨ ਚ ਜਿਹੜੀ ਇਹ ਇਹੋ ਜੇ ਬਿਆਨ ਦਿੰਦੇ ਆ ਅਮਰਿਤਪਾਲ ਆਪਣਾ ਰੋਲ ਮਾਡਲ ਕਿਸ ਨੂੰ ਮੰਨਦੇ ਨੇ ਬਾਕੀ ਉਹ ਕਿਤਾਬਾਂ ਵੀ ਪੜ੍ਹਦੇ ਜੇਕਰ ਪੜ੍ਹਦੇ ਕਿਹੜੇ ਕਿਹੜੇ ਟੌਪਿਕ ਤੇ ਪੜ੍ਹਦੇ ਔਰ ਆਪਣਾ ਰੋਲ ਮਾਡਲ ਕਿਸ ਨੂੰ ਮੰਨਦੇ ਨੇ ਰੋਲ ਮਾਡਲ ਤੇ ਸਾਡੇ ਗੁਰੂ ਸਾਹਿਬ ਆ ਜੀ ਸਾਡਾ ਗੁਰੂ ਗ੍ਰੰਥ ਸਾਹਿਬ ਸਾਡਾ ਰੋਲ ਮਾਡਲ ਆ ਸਾਡੇ ਜਿਹੜੇ ਬੇਅੰਤ ਜੋਧੇ ਸ਼ਹੀਦ ਹੋਏ ਆ ਉਹਨਾਂ ਨੂੰ ਰੋਲ ਮਾਡਲ ਮੰਨਦੇ ਆ ਤੇ ਉਹਨਾਂ ਦੇ ਜ ਜਿਹੋਨਾਂ ਨੇ ਆਪਣੀ ਧਰਤੀ ਲਈ ਇਹ ਇੰਨੀਆਂ ਲੜਾਈਆਂ ਲੜੀਆਂ ਤੇ ਇਸ ਹਿੰਦੁਸਤਾਨ ਨੂੰ ਆਬਾਦ ਰੱਖਣ ਵਾਸਤੇ ਜਿਨ੍ਹਾਂ ਨੇ ਬਹੁਤ ਕੁਝ ਕੀਤਾ ਉਹਨਾਂ ਨੂੰ ਰੋਲ ਮਾਡਲ ਮੰਨਦੇ ਆ ਕਿ ਜਿਹੜੇ ਵੀ ਬੇਇਨਸਾਫੀ ਖਿਲਾਫ ਲੜਦੇ ਰਹੇ ਆ ਤੇ ਗਾਵੇਂ ਲੜਦੇ ਰਹਿਣਗੇ ਮੇਰਾ ਖਿਆਲ ਹੈ ਕਿ ਇਹ ਰੋਲ ਮਾਡਲ ਤੇ ਹੋਈ ਹੈ ਕੋਈ ਤੁਸੀਂ ਇੱਕ ਪੂਰਾ ਕੋਈ ਗਿਆਪਨ ਤਿਆਰ ਕਰਤਾ ਹੈ ਕਿ ਆ ਤੁਹਾਡੀਆਂ ਮੰਗਾਂ ਨੇ ਸਰਕਾਰ ਨੂੰ ਦੇਣ ਦੇ ਲਈ ਇੱਕ ਤਾਂ ਮੰਗ ਹੋਏਗੀ ਕਿ ਐਨਐਸਏ ਜਲਦੀ ਤੋਂ ਜਲਦੀ ਹਟਾਈ ਜਾਵੇ ਹੋਰ ਕਿਹੜੀਆਂ ਕਰੀਆਂ ਮੰਗਾਂ ਨੇ ਜਿਹੜੀਆਂ ਤੁਸੀਂ ਗਿਆਪਨ ਹੋਮ ਮਿਨਿਸਟਰ ਨੂੰ ਜਾਣ ਵਾਲੇ ਦਿਨਾਂ ਚ ਲੋਕ ਸਭਾ ਸਪੀਕਰ ਨੂੰ ਜਾਂ ਕਿਸੇ ਹੋਰ ਨੂੰ ਦੇ ਸਕਦੇ ਨਹੀਂ ਇਹ ਜੀ ਕਿ ਜੋ ਇਹ ਮਸਲੇ ਸਾਡੇ ਜਿਹੜੇ ਆ ਸਾਰੇ ਹੀ ਸਾਰਿਆਂ ਨੂੰ ਹੀ ਪਤਾ ਸਾਰੇ ਰਾਜਨੀਤਿਕ ਪਾਰਟੀਆਂ ਨੂੰ ਪਤਾ ਹੈ ਕਿ ਇਹ ਸਾਡਾ ਬੰਦੀ ਸਿੰਘਾਂ ਦਾ ਸਭ ਤੋਂ ਜਿਹੜਾ ਜਿਹੜੇ ਪੁਰਾਣੇ ਬੰਦੀ ਸਿੰਘ ਹੈ ਇਹ ਉਹਨਾਂ ਦਾ ਮਸਲਾ ਜਿਹੜਾ ਕਿ ਉਹ ਵੀ ਸਾਡੀ ਕੌਮ ਨਾਲ ਬਹੁਤ ਵੱਡੀ ਬੇਇਨਸਾਫੀ ਆ ਕਿ ਉਹ ਇਹਨੇ ਨੇ ਸਾਲਾਂ ਤੋਂ ਜੇਲ੍ਹ ਚ ਹੈ ਤੇ ਉਹਨਾਂ ਦੇ ਉੱਪਰ ਇੱਕ ਰਾਜਨੀਤਿਕ ਲੋਕਾਂ ਦੇ ਉੱਪਰ ਛੱਡਿਆ ਹੋਇਆ ਫੈਸਲਾ ਕਿ ਉਹਨਾਂ ਦੀ ਜ਼ਿੰਦਗੀ ਮੌਤ ਦਾ ਫੈਸਲਾ ਉਹ ਕਰਨਗੇ ਮੇਨੂੰ ਮਤਲਬ ਦੇਸ਼ ਦਾ ਕਾਨੂੰਨ ਵੀ ਇਹ ਇੱਥੇ ਆ ਕੇ ਮੇਰਾ ਖਿਆਲ ਹੈ ਕਿ ਉਹ ਸਹੀ ਨਹੀਂ ਕਰ ਰਿਹਾ ਕਿ ਉਹ ਫੈਸਲਾ ਦੇਸ਼ ਦੇ ਕਾਨੂੰਨ ਨੂੰ ਕਰਨਾ ਚਾਹੀਦਾ ਕਿ ਉਹ ਬੰਦਿਆਂ ਨੂੰ ਅੰਦਰ ਜਦੋਂ ਉਹਨਾਂ ਦੇ ਜਾ ਪੂਰੀ ਹੋ ਗਈ ਤੋਂ ਨਹੀਂ ਛੜਨਾ ਚਾਹੀਦਾ ਤੇ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਡੇ ਕੌਮ ਨਾਲ ਬਹੁਤ ਵੱਡੀ ਬੇਇਨਸਾਫੀ ਆ ਇਹੋ ਜੇ ਆ ਬਾਕੀ ਬੇਅਦਬੀਆਂ ਦਾ ਮਾਮਲਾ ਉਹ ਚ ਕੋਈ ਇਨਸਾਫ ਨਹੀਂ ਮਿਲ ਰਿਹਾ ਨੌਜਵਾਨੀ ਨਸ਼ਿਆਂ ਨਾਲ ਗਰਕ ਹੋ ਰਹੀ ਉਹਦੇ ਵਾਸਤੇ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਸਰਕਾਰਾਂ ਕੋਈ ਵਾਦਾ ਕਰਕੇ ਆਉਂਦੀਆਂ ਤੇ ਉੱਤੇ ਕੰਮ ਨਹੀਂ ਕਰ ਰਹੀਆਂ ਬਾਕੀ ਸਾਡੇ ਪਾਣੀਆਂ ਦਾ ਮਸਲਾ ਸਾਡੀ ਰਾਜਧਾਨੀ ਦਾ ਮਸਲਾ ਮਸਲੇ ਸਾਰੇ ਹੀ ਆ ਇਹ ਤੇ ਸਾਰਿਆਂ ਨੂੰ ਪਤਾ ਮੇਰੇ ਖਿਆਲ ਉਹ ਉਹਨਾਂ ਨੂੰ ਮੌਕਾ ਮਿਲੂਗਾ ਤੇ ਉਹ ਉਠਾਉਣਗੇ ਵੀ ਤੇ ਮੇਰੇ ਖਿਆਲ ਮੈਂ ਤੇ ਪੰਜਾਬ ਦੇ ਜਿਹੜੇ ਨਵੇਂ ਐਮਪੀ ਚੁਣ ਕੇ ਆਏ ਸਾਰੇ ਉਹਨਾਂ ਨੂੰ ਕਹਿੰਨਾ ਕਿ ਜ ਆਪਣੇ ਸੱਭਿਆਚਾਰ ਲਈ ਸਾਰੇ ਜਣੇ ਉਹ ਰਲ ਮਿਲ ਕੇ ਸਾਰੇ ਜਣੇ ਇਹ ਮਤਮਾਰੋ ਤੇ ਆਪਣੇ ਜਿਹੜੇ ਜੋ ਮਸਲੇ ਆ ਉਹਦੇ ਬਸੇ ਆਪਾਂ ਸਾਰੇ ਜਣੇ ਰਲ ਮਿਲ ਕੇ ਅੱਗੇ ਵਧੀਏ ਮੈਸੇ ਗੱਲ ਤੇ ਆ ਰਿਹਾ ਸੀ ਪਾਰਲੀਮੈਂਟ ਚ ਹੁਣ ਕਿਉਂਕਿ ਅਮਰਿਤਪਾਲ ਸਿੰਘ ਨੇ ਆਉਣ ਵਾਲੇ ਦਿਨਾਂ ਚ ਮੁੱਦੇ ਚੁੱਕਦੇ ਹੋਏ ਨਜ਼ਰ ਆਣਗੇ ਕਿਹੜੇ ਕਿਹੜੇ ਮਸਲੇ ਤੁਹਾਡੀ ਗੱਲਬਾਤ ਹੋਈ ਅਮਰਿਤਪਾਲ ਨਾਲ ਕਿ ਮੈਂ ਸਭ ਤੋਂ ਪਹਿਲਾਂ ਪਾਰਲੀਮੈਂਟ ਦੇ ਵਿੱਚ ਇਹ ਮਸਲਾ ਸਭ ਤੋਂ ਪਹਿਲਾਂ ਚੱਕਾਂਗਾ ਬੰਦੀ ਸਿੰਘਾਂ ਦਾ ਪਾਣੀ ਦਾ ਬੇਅਦਬੀ ਦਾ ਜਾਂ ਕੋਈ ਹੋਰ ਮਸਲਾ ਕਿ ਇਹ ਸਭ ਤੋਂ ਪਹਿਲਾਂ ਅਮਰਿਤਪਾਲ ਸਿੰਘ ਦੀ ਸਪੀਚ ਹੋਏਗੀ ਨਹੀਂ ਇਹ ਜਿਹੜਾ ਬੰਦੀ ਸਿੰਘਾਂ ਦਾ ਮਾਮਲਾ ਨਾ ਇਹ ਇਹ ਮੇਰਾ ਖਿਆਲ ਹੈ ਕਿ ਸਭ ਤੋਂ ਪਹਿਲਾਂ ਚੁੱਕਣ ਦੀ ਲੋੜ ਹੈ ਬੇਅਦਬੀ ਦਾ ਮਾਮਲਾ ਪਹਿਲਾਂ ਚੁੱਕਣ ਦੀ ਲੋੜ ਆ ਜਿਹੜੇ ਨੌਜਵਾਨੇ ਸਾਡੀ ਨਸ਼ਿਆਂ ਚ ਦੇਣ ਚ ਪਤਾ ਨਹੀਂ ਕਿੰਨੇ ਨੌਜਵਾਨ ਸਾਡੇ ਹੱਥੋਂ ਨਿਕਲ ਜਾ ਰਹੇ ਆ ਇਹ ਮਸਲੇ ਸਾਡੇ ਬਹੁਤ ਜ਼ਰੂਰੀ ਆ ਬਾਕੀ ਜਿਹੜੇ ਸਾਰੇ ਪੰਜਾਬ ਦੇ ਮਸਲੇ ਆ ਉਹ ਮੇਰਾ ਖਿਆਲ ਸਾਰੀਆਂ ਧਿਰਾਂ ਨੂੰ ਮਿਲ ਬੈਠ ਕੇ ਕੋਈ ਇਕੱਠੀ ਕੋਈ ਇਹ ਮੀਟਿੰਗ ਕਰਕੇ ਜਾਂ ਉਹਦੇ ਕੋਈ ਬਣਾ ਕੇ ਸਾਰੇ ਜਿਹੜਾ ਸਾਡੀ ਰਾਜਧਾਨੀ ਦਾ ਮਸਲਾ ਸਾਡੇ ਪਾਣੀਆਂ ਦਾ ਮਸਲਾ ਜਾਂ ਜਿਹੜੇ ਸਾਡੇ ਹੋਰ ਵਾਧ ਅਧਿਕਾਰਾਂ ਦਾ ਮਸਲਾ ਇਹ ਸਾਰੇ ਜਾਨੇ ਇਹ ਰੱਖ ਕੇ ਹੋਣਾ ਚਾਹੀਦਾ ਤੇ ਮੈਂ ਪੰਜਾਬ ਦੇ ਜਿੰਨੇ ਵੀ ਐਮਪੀ ਆ ਸਰਕਾਰ ਨੂੰ ਵੀ ਅਪੀਲ ਕਰਦਾ ਕਿ ਸਾਰੇ ਇੱਕ ਮੰਚ ਤੇ ਇਕੱਠੇ ਹੋ ਕੇ ਆਪਾਂ ਜਿਹੜੇ ਪੰਜਾਬ ਦੇ ਹੱਕ ਖੋਏ ਜਾ ਰਹੇ ਆ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹਦੇ ਵਾਸਤੇ ਸਾਰਿਆਂ ਨੂੰ ਲੜਨਾ ਚਾਹੀਦਾ ਤੁਸੀਂ ਜਾਣਾ ਚਾਚਾ ਜੀ ਹੋਰਣਾ ਵੀ ਗੱਲਬਾਤ ਕਰਾਂਗੇ ਉਹਨਾਂ ਨੂੰ ਫੋਨ ਵਧਾਈ ਦੇ ਵੀ ਆ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਕ ਚੀਜ਼ ਹੋ ਰਿਹਾ ਕਿਉਂਕਿ ਤੁਸੀਂ ਪਿਓ ਔਰ ਅਮਰਿਤਪਾਲ ਸਿੰਘ ਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਦੇਖਿਆ ਬਚਪਨ ਚ ਸ਼ਰਾਰਤੀ ਸੀ ਬਚਪਨ ਚ ਜਾਂ ਫਿਰ ਜੋ ਪੰਜਾਬ ਨਾਲ ਹੋਇਆ ਉਹਨਾਂ ਗੱਲਾਂ ਤੇ ਤੁਸੀਂ ਗੱਲਬਾਤ ਉਹਨਾਂ ਨਾਲ ਕਰਦੇ ਸੀ ਯਾ ਬਚਪਨ ਚ ਕੇ ਤਰੀਕੇ ਦਾ ਨੇਚਰ ਸੀ ਔਰ ਜਦਵੇਂ ਜਿਵੇਂ ਵੱਡੇ ਹੁੰਦੇ ਗਏ ਉਸ ਬਾਬਤ ਤੁਸੀਂ ਜਾਣਕਾਰੀ ਦੇ ਸਕੋ ਨਹੀਂ ਉਹ ਇੱਕ ਨਾਰਮਲ ਜਿੱਦਾਂ ਪਰਿਵਾਰ ਚ ਹੈ ਥੋੜਾ ਹੈ ਸੀ ਕਿ ਉਹ ਦੂਜਿਆਂ ਬੱਚਿਆਂ ਨਾਲੋਂ ਥੋੜਾ ਜਿਹਾ ਵੱਧ ਇੰਟੈਲੀਜੈਂਟ ਸੀਗਾ ਪਰ ਉਹ ਨਾਰਮਲ ਇਸੀ ਕੋਈ ਇਦਾਂ ਦੀ ਕੋਈ ਖਾਸ ਨਹੀਂ ਸੀਗੀ ਕਿ ਸਾਰੇ ਬੱਚੇ ਸਾਡੇ ਸਾਰੇ ਪਰਿਵਾਰ ਦੇ ਹੋਰ ਵੀ ਸਾਡੇ ਜਿਹੜੇ ਫੈਮਿਲੀ ਦੇ ਸਾਡੇ ਚਾਚੇ ਤਾਇਆ ਦੇ ਬੱਚੇ ਆ ਜੀ ਜਾਂ ਸਾਡੇ ਭਾਈ ਭੈਣ ਉਹ ਸਾਰੇ ਸਾਰੇ ਵਧੀਆ ਸੀਗੇ ਸਾਰੇ ਅੱਛੇ ਪੜਨ ਵਾਲੇ ਸੀ ਅੱਛੇ ਨੈਚਰ ਦੇ ਸੀ ਅਸੀਂ ਜਦੋਂ ਵੀ ਕਿਤੇ ਬੈਠਦੇ ਸੀ ਜਾਂ ਵਿਦੇਸ਼ ਚ ਵੀ ਅਸੀਂ ਪੂਨਾ ਤੋਂ ਅਮਰਤਪਾਲ ਤੋਂ ਪਹਿਲਾਂ ਵੀ ਸਾਨੂੰ ਸਮਾਜ ਦੀ ਇਹੋ ਇੱਕ ਸਮਾਜ ਜਿਹੜੀਆਂ ਕ੍ਰਿਤੀਆਂ ਸਮਾਜ ਜਿਹੜੀ ਆਫੜਾ ਤਬੜੀ ਮੱਚੀ ਹੋਈ ਆ ਇਹਦੇ ਵਾਸਤੇ ਅਸੀਂ ਵੀ ਕਈ ਬਹੁਤ ਵਰੀ ਇਹੋ ਜਿਹੇ ਅਜੀਹਾ ਕਿੱਸਾ ਬਚਪਨ ਦਾ ਜਿਹੜਾ ਤੁਹਾਨੂੰ ਯਾਦ ਆਂਦਾ ਹੋਵੇ ਕਈ ਵਾਰ ਕਈ ਕਿਸੇ ਹੁੰਦੇ ਨਾ ਕਦੀ ਭੁੱਲ ਭੁੱਲਦੇ ਨਹੀਂ ਨਹੀਂ ਇਹ ਜੀ ਇਦਾਂ ਦਾ ਤਾਂ ਕੋਈ ਕਿੱਸਾ ਨਹੀਂਗਾ ਤੇ ਨੋਰਮਲ ਸਭ ਕੁਝ ਚੱਲ ਰਿਹਾ ਸੀ ਉਹ ਇਹ ਤੇ ਜਦੋਂ ਅੰਦਰ ਥੋੜਾ ਪੜਾਈ ਤੋਂ ਥੋੜਾ ਜਿਹਾ ਇਧਰ ਉਧਰ ਕਰਨ ਲੱਗਾ ਤੇ ਅਸੀਂ ਉਹਨੂੰ ਆਪਣੇ ਉੱਤੇ ਕੰਮ ਸਾਡੇ ਕੋਲ ਹੈਗਾ ਸੀ ਉਹਦੇ 'ਚ ਲਾ ਲਿਆ ਕਿ ਬਾਕੀ ਉੱਥੇ ਵੀ ਸਾਡੀ ਦੇਖ ਰਿਕਚ ਰਿਆ ਕੋਈ ਇਹੋ ਜਿਹਾ ਉਹਦੇ ਕਿਸੇ ਕਿਸੇ ਵੀ ਗਲਤ ਬੰਦੇ ਨਾਲ ਕਿਸੇ ਨਾਲ ਕੋਈ ਸਬੰਧ ਨਹੀਂ ਹੈ ਇਦਾਂ ਦੀ ਕੋਈ ਬਹੁਤ ਵਧੀਆ ਸਾਡੀ ਉੱਥੇ ਕੰਮ ਕਰ ਵੀ ਸੀਗਾ ਸਭ ਕੁਝ ਠੀਕ ਸੀਗਾ ਤੇ ਚਲੋ ਜਦੋਂ ਉਹ ਇਸ ਲੈਂਡ ਚ ਉਹ ਕਹਿੰਦਾ ਕਿ ਮੈਂ ਕੋਈ ਸੇਵਾ ਕਰਨੀ ਚਾਹੁੰਦਾ ਤੇ ਸਾਡਾ ਪਰਿਵਾਰ ਉਹਦੇ ਮਗਰ ਸੀਗਾ ਕਿ ਅਸੀਂ ਕਿਹਾ ਕਿ ਜੇ ਕੋਈ ਆਪਾਂ ਪੰਜਾਬ ਦੀ ਦੇਸ਼ ਦੀ ਕੋਈ ਸੇਵਾ ਕਰ ਸਕਦੇ ਆ ਆਪਣੇ ਧਰਮ ਦੀ ਤੇ ਆਪਾਂ ਨੂੰ ਅਗਰ ਚੜ ਕੇ ਉੱਚ ਯੋਗਦਾਨ ਪਾਉਣਾ ਚਾਹੀਦਾ ਤੇ ਅਸੀਂ ਅੱਜ ਵੀ ਉਸ ਚੀਜ਼ ਤੇ ਡਰੇੜੇ ਆ ਅਸੀਂ ਅੱਜ ਵੀ ਉਹਦੇ ਨਾਲ ਖੜੇ ਆ ਤੇ ਆਉਣ ਵਾਲੇ ਸਮੇਂ ਚ ਵੀ ਜਦੋਂ ਔਖਾ ਸਮਾਂ ਸੀ ਬਹੁਤ ਮਤਲਬ ਅਸੀਂ ਨਹੀਂ ਕਿ ਬਹੁਤ ਲੋਕ ਉਦੋਂ ਵੀ ਖੜੇ ਸੀ ਆ ਜਦੋਂ ਇਹ ਚੀਜ਼ ਹੋਇਆ ਉਹ ਮੋੱਖਾ ਸਮਾਂ ਚੱਲ ਰਿਹਾ ਸੀ ਉਦੋਂ ਕੀ ਸੋਚ ਰਹੇ ਸੀ ਨਹੀਂ ਕੋਈ ਸੋਚ ਨਹੀਂ ਰਹੇ ਕੋਈ ਨਹੀਂ ਇਹ ਸਾਨੂੰ ਇਹ ਚੀਜ਼ ਪਤਾ ਵੀ ਕਿ ਜੋ ਵੀ ਹੱਕ ਸੱਤ ਲੜਨ ਵਾਲਿਆਂ ਨਾਲ ਇਹੋ ਚੀਜ਼ਾਂ ਹੁੰਦੀਆਂ ਰਹਿੰਦੀਆਂ ਇਹਦੋਂ ਵੱਧ ਵੀ ਹੋ ਸਕਦਾ ਸੀ ਪਰ ਇਹ ਚੀਜ਼ ਹੈ ਕਿ ਚਲੋ ਜੋ ਵੀ ਅਸੀਂ ਉਹਦੀ ਰਜਾ ਚ ਹਮੇਸ਼ਾ ਰਾਜੀ ਰਹੇ ਕਿਉਂਕਿ ਪਤਨੀ ਲਈ ਬੇहद ਔਖਾ ਸੀਗਾ ਆ ਤੁਹਾਡੇ ਨਾਲ ਗੱਲ ਕਰਕੇ ਫਿਰ ਤੁਸੀਂ ਜਾਣਾ ਵੇ ਇੱਕ ਅੱਧਾ ਸਵਾਲ ਲੈਣਾ ਹਾਂ ਪਤਨੀ ਲਈ ਬੇहद ਔਖਾ ਹੁੰਦਾ ਜਦੋਂ ਨਵਾਂ ਵਿਆਹ ਹੋਇਆ ਹੋਵੇ ਔਰ ਇੰਨੇ ਸਾਰੇ ਇਲਜ਼ਾਮ ਔਰ ਚੀਜ਼ਾਂ ਲੱਗੀਆਂ ਹੁਣ ਕੀ ਕੁਝ ਉਹਨਾਂ ਦਾ ਕਹਿਣਾ ਨਹੀਂ ਉਹਨਾਂ ਨੇ ਵੀ ਬੜੇ ਦਿਰੜਾ ਦੇ ਨਾਲ ਇਸ ਇਸੇ ਚੀਜ਼ ਦਾ ਮੁਕਾਬਲਾ ਕੀਤਾ ਉਹ ਹਮੇਸ਼ਾ ਉਹਨਾਂ ਦੇ ਨਾਲ ਰਹੇ ਹੁਣ ਵੀ ਉਹ ਡਿਬਰੂਗੜ ਰਹਿੰਦੇ ਹਰ ਹਫਤੇ ਉਹਨਾਂ ਨੂੰ ਮਿਲਦੇ ਆ ਜੋ ਉਹਨਾਂ ਨੂੰ ਕੋਈ ਕਿ ਕਿਛੀ ਦੀ ਲੋਡ ਮਹਿਸੂਸ ਕਰਨ ਤੇ ਉਹ ਉਹਨਾਂ ਨੂੰ ਪਹੁੰਚਾਉਂਦੇ ਆ ਸਾਰਿਆਂ ਨੂੰ ਤੇ ਮੇਰਾ ਖਿਆਲ ਹੈ ਕਿ ਅਸੀਂ ਸਾਰੇ ਜਣੇ ਉਹ ਵੀ ਉਹਨਾਂ ਨੇ ਬਹੁਤ ਉਹਨਾਂ ਦਾ ਵੀ ਅਸੀਂ ਮਾਣਿਆ ਸਾਨੂੰ ਕਿ ਉਹ ਸਾਡੀ ਧੀ ਨੇ ਵੀ ਬੜੀ ਸਾਡੇ ਨਾਲ ਮੋੜੇ ਨਾ ਮੋੜਾ ਜੋੜ ਕੇ ਸਾਡੇ ਪਰਿਵਾਰ ਨੇ ਜਿਹੜਾ ਸੰਘਰਸ਼ ਕੀਤਾ ਉਹਦੇ ਚ ਉਹਦਾ ਵੀ ਬਹੁਤ ਵੱਡਾ ਯੋਗਦਾਨ ਹੈ ਸਵਾਲ ਦੇਸ਼ ਦੇ ਹੋਮ ਮੰਤਰੀ ਸਪੀਕਰ ਜਾਂ ਕੋਮ ਨੂੰ ਕੁਝ ਕਹਿਣਾ ਚਾਹੋਗੇ ਨਹੀਂ ਅਸੀਂ ਤੇ ਇਹ ਸਾਰਿਆਂ ਨੂੰ ਕਹਿੰਨੇ ਕਿ ਜਿਹੜੀ ਭਾਈਚਾਰਿਆਂ ਚ ਫਿਰ ਕੋਪਣਾ ਬਧਾਇਆ ਜਾ ਰਿਹਾ ਇਹ ਚੀਜ਼ਾਂ ਨੂੰ ਛੱਡ ਕੇ ਇਹ ਚੀਜ਼ ਹੈ ਕਿ ਆਪਸੀ ਭਾਈਚਾਰੇ ਨੂੰ ਜੋੜਨ ਦਾ ਸਾਰਿਆਂ ਨੂੰ ਕੰਮ ਕਰਨਾ ਚਾਹੀਦਾ ਰਾਜਨੀਤੀ ਵੀ ਕਰਨੀ ਹੈ ਤੇ ਇਹੋ ਜੀ ਨਾ ਕਰੋ ਕਿ ਜਿੱਚ ਆਪਸ ਵਿੱਚ ਲੋਕਾਂ ਨੂੰ ਅੱਗ ਲਾ ਕੇ ਲੋਕਾਂ ਨੂੰ ਇਹੋ ਜਿਹੇ ਧਰਮਾਂ ਚ ਨਫ਼ਰਤ ਫੁਲਾ ਕੇ ਨਾ ਕਰੋ ਲੋਕਾਂ ਨੂੰ ਮਿਲ ਜੁਲ ਕੇ ਜਿਦਾਂ ਗੁਰੂ ਸਾਹਿਬ ਦੱਸਦੇ ਇੱਕ ਪਿਤਾ ਇੱਕ ਸਕੇਮ ਬਾਰਕਿਆ ਅਵਲਲਾ ਨੂਰਉ ਪਾਇਆ ਕੁਦਰਤ ਕੇ ਸਭ ਬੰਦੇ ਇਸ ਕਰਕੇ ਸਾਨੂੰ ਸਾਰਿਆਂ ਦੀ ਜਿਹੜੇ ਆ ਉਹ ਕਿਸੇ ਵੀ ਧਰਮ ਜਾਤ ਮਜ਼ਬਦਾ ਹੋਵੇ ਉਹਨਾਂ ਨੂੰ ਮਾਨਸਤਕਾਰ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਤੁਸੀਂ ਕਹਿ ਰਹੇ ਹੋ ਕਿ ਧਰਮ ਜਾਤ ਪਾਤ ਚ ਨਹੀਂ ਪੈਣਾ ਚਾਹੀਦਾ ਜਾਂ ਇਦਾਂ ਦੀਆਂ ਔਰ ਇਸ ਦੇ ਨਾਲ ਨਾਲ ਲੋਕਾਂ 'ਚ ਬੜਾ ਸਵਾਲ ਹੈ ਯਾਨੀ ਕਿ ਖਾਲਿਸਤਾਨ ਦਾ ਕੋਈ ਮਸਲਾ ਨਹੀਂ ਹੈ ਨਾ ਨਹੀਂ ਮਸਲੇ ਤੇ ਤਾਂ ਮਸਲੇ ਦੀ ਇਹ ਚੀਜ਼ ਹੈ ਕਿ ਜਦੋਂ ਤੁਸੀਂ ਬੇਇਨਸਾਫੀ ਹੋਊਗੀ ਮਸਲੇ ਤੇ ਉੱਠਦੇ ਰਹਿਣਗੇ ਤੇ ਇਹ ਮੇਰਾ ਖਿਆਲ ਹੈ ਕਿ ਅਜੇ ਵੀ ਪੱਖ 'ਚ ਨਹੀਂ ਜਾਂ ਅਗੇਂਸਟ ਨਹੀਂ ਨੇ ਪੱਖ ਚ ਤੇ ਨਾ ਸੀ ਪੱਖ ਚ ਨਾ ਸੀ ਉਹਦੇ ਅਗੇਂਸਟ ਨਾ ਇਹ ਚੀਜ਼ ਹੈ ਕਿ ਲੋਕਾਂ ਦੀ ਜੋ رائے ਆ ਇਹ ਕੱਲੇ ਅਮਰਪਾਲ ਦੀ ਨਹੀਂ ਹੋ ਸਕਦੀ ਇਹ ਚੀਜ਼ ਹੈ ਕਿ ਲੋਕ ਭਾਵਨਾ ਲੋਕਾਂ ਨਾਲ ਤੁਸੀਂ ਹਰੇਕ ਮਸਲੇ ਨੂੰ ਲਾਰਜ ਡਰਾਡਰ ਦਾ ਮਸਲਾ ਬਣਾ ਕੇ ਨਾ ਉਹ ਉਹਦੇ ਨਾਲ ਡੀਲ ਕਰੋ ਉਹਦੇ ਜਿਹੜੇ ਲੋਕਾਂ ਦੀ ਕੋਈ ਦੁੱਖ ਤਕਲੀਫਾਂ ਉਹਨਾਂ ਨੂੰ ਸੁਣੋ ਉਹਨਾਂ ਦੇ ਹੱਕ ਹਕੂਕ ਉਹਨਾਂ ਨੂੰ ਦਿਓ ਤੇ ਮੇਰੇ ਖਿਆਲ ਫਿਰ ਇਹੋ ਜੀ ਕੋਈ ਮੰਗ ਨਾ ਉਠੋਗੀ ਤੇ ਜੇ ਤੁਸੀਂ ਇਦਾਂ ਦੇ ਹਰ ਵੇਲੇ ਤੱਕਾ ਕਰੋਗੇ ਤੇ ਫਿਰ ਲੋਕ ਕਹਿੰਦੇ ਕਿ ਇਸ ਦੇਸ਼ ਚ ਸਾਨੂੰ ਇਨਸਾਫ ਨਹੀਂ ਮਿਲਦਾ ਤੇ ਫਿਰ ਸਾਨੂੰ ਕੋਈ ਨਾ ਕੋਈ ਵੱਖਰਾ ਸਿਸਟਮ ਕਿ ਸੰਤਾ ਜਨੈਲ ਸਿੰਘ ਹੋਰਾਂ ਨੂੰ ਵੀ ਆਪਣਾ ਉਹ ਮੰਨਦੇ ਰਹੇ ਮੰਨਦੇ ਅੱਜ ਵੀ ਮੰਨਦੇ ਅਸੀਂ ਵੀ ਮੰਨਦੇ ਆ ਜੀ ਉਹ ਉਹਨਾਂ ਨੂੰ ਵੀ ਇਸੇ ਤਰ੍ਹਾਂ ਬਦਨਾਮ ਕੀਤਾ ਗਿਆ ਹੈ ਉਹ ਉਹ ਵੀ ਉਹਨਾਂ ਚ ਵੀ ਕੋਈ ਦੂਜੇ ਧਰਮਾਂ ਪ੍ਰਤੀ ਕੋਈ ਨਫ਼ਰਤ ਨਹੀਂ ਸੀ ਉਹਨਾਂ ਨੂੰ ਇਹੋ ਜਿਹਾ ਵਿਲਨ ਪੇਸ਼ ਕੀਤਾ ਗਿਆ ਕਿ ਲੋਕਾਂ ਦੇ ਮਨ ਚ ਪਰ ਲੋਕ ਉਹ ਅੱਜ ਵੀ ਲੋਕਾਂ ਦੇ ਹੀਰੋ ਆ ਤੇ ਇਹ ਰਹਿਣਗੇ ਹਮੇਸ਼ਾ ਰਹਿਣਗੇ ਚਲੋ ਧੰਨਵਾਦ ਤੁਸੀਂ ਸਮਝ ਦਿੱਤਾ ਇਹ ਪਰਿਵਾਰ ਅੱਜ ਪਰਿਵਾਰ ਦੇ ਲਈ ਇੱਕ ਬੇਹਦ ਵੱਡਾ ਦਿਨ ਤੇ ਬੇਹਦ ਖੁਸ਼ੀਆਂ ਵਾਲਾ ਦਿਨ ਹੈ ਕਿਉਂਕਿ ਅਮਰਿਤਪਾਲ ਸਿੰਘ ਅੱਜ ਸ਼ਪਤ ਲੈ ਰਹੇ ਨੇ ਔਰ ਖੁੱਲ ਕੇ ਪਰਿਵਾਰ ਨੇ ਗੱਲਬਾਤ ਜਿਹੜੀ ਉਹ ਕੀਤੀ ਹਰੇਕ ਮਸਲੇ ਦੇ ਉੱਤੇ ਜਿਹੜੇ ਇਲਜ਼ਾਮ ਲੱਗਦੇ ਉਹਨਾਂ ਦੇ ਉੱਤੇ ਵੀ ਔਰ ਨਾਲ ਹੀ ਨਾਲ ਕਿਉਂਕਿ ਅਮਰਿਤਪਾਲ ਸਿੰਘ ਅੱਜ ਤਸਵੀਰਾਂ ਵੀ ਦਿਖਾ ਰਹੇ ਆ ਕਿ ਇਸ ਤਰੀਕੇ ਨਾਲ ਲੋਕ ਜਿਹੜੇ ਨੇ ਉਹ ਵਧਾਈ ਦੇਣ ਲਈ ਵੀ ਪਹੁੰਚ ਰਹੇ ਨੇ ਕਿਉਂਕਿ ਲਗਾਤਾਰ ਜਿਹੜਾ ਵਾ ਇੱਕ ਵੱਡਾ ਦਿਨ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਪਰਿਵਾਰ ਦੇ ਲਈ ਹੈ ਤਾਂ ਇਹ ਤਸਵੀਰਾਂ ਦੇ ਜ਼ਰੀਏ ਸੀ ਦਿਖਾ ਰਹੇ ਆ ਕੀ ਕਿਸ ਤਰੀਕੇ ਦੇ ਨਾਲ ਪਰਿਵਾਰ ਦੇ ਵਿੱਚ ਬੇਹਦ ਖੁਸ਼ੀ ਹੈ ਉਹ ਅਮਰਿਤਪਾਲ ਸਿੰਘ ਨੂੰ ਲੈ ਕੇ ਔਰ న్యూਸ 18 ਦੇ ਨਾਲ ਸਭ ਤੋਂ ਪਹਿਲਾਂ ਪਰਿਵਾਰ ਨੇ ਗੱਲਬਾਤ ਕੀਤੀ ਹੈ ਆਪਣੇ ਸਹਿਯੋਗੀ ਸੰਦੀਪ ਦੇ ਨਾਲ ਪੰਚਾਇਤ ਪਈ న్యూਸ 18 ਦਿੱਲੀ